ਵਧੀਆ ਕੀਤਾ ਮੰਮੀ ਤੁਸੀਂ ਕੱਪੜੇ ਕੁਪੜੇ ਚੇਂਜ ਕਰ ਲਏ ਨਾ ਤੋ ਆਹੋ ਤੇ ਹੋਰ ਠੰਡ ਪੈ ਗਈ ਸੱਚੀ ਨਾਤਿਆਂ ਤੇ ਇੰਨੀ ਗਰਮੀ ਲੱਗੀ ਉਹ ਜਿਹੜੇ ਨਵੇਂ ਕੱਪੜੇ ਉਹਨਾਂ 'ਚ ਗਰਮੀ ਜ਼ਿਆਦਾ ਹੀ ਲੱਗਦੀ ਆ ਤਾਂ ਹੀ ਮੈਂ ਬਦਲ ਜੇ ਆ ਤੇ ਮੰਮੀ ਮੈਨੂੰ ਤੇ ਉਦੋਂ ਦੀ ਬੜੀ 75 ਲੱਗੀ ਆ ਜਦੋਂ ਤੁਸੀਂ ਮੈਨੂੰ ਆਖਣ ਦੇ ਵੀ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਆ ਕਿਹੜੀ ਗੱਲ ਆ ਉਹ ਇੱਥੇ ਲੱਗੇ ਆ ਗੱਲ ਬੜੀ ਜ਼ਰੂਰੀ ਆ ਕਰਨ ਵਾਲੀ ਦੱਸੋ ਮੈਨੂੰ ਕਹਿੰਦੇ ਹੀ ਉਹ ਵੀ ਤੂੰ ਰਹਿੰਦੀ ਆ ਬਿਮਾਰ ਸ਼ਮਾਰ ਤੇ ਪੈਰੀ ਸਾਡੇ ਨਾ ਕਰਾ ਦੇ ਕੱਲ ਨੂੰ ਤੈਨੂੰ ਕੁਛ ਹੋ ਗਿਆ ਤੇ ਕਿੱਥੇ ਕੋਰਟ ਕਚਹਿਰੀਆਂ ਦੇ ਵਿੱਚ ਤੁਰੇ ਫਿਰਾਂਗੇ ਤੇ ਨਾਲੇ ਇੰਨੇ ਨੇ ਬੋਬੇ ਲੱਗਣੇ ਹੀ ਹਾਂ ਬਹੁਤ ਸਿਆਣੇ ਆ ਕਿ ਪੈਰੀ ਸਾਡੇ ਨਾ ਕਰਾ ਦੇ ਤੇ ਮੈਂ ਮੇਰੇ ਕੋਲ ਤੇ ਅੱਗੇ ਨੀ ਮਿਲਦੇ ਗਿਲਦੇ ਹੈ ਕਦੀ ਉਹਨਾਂ ਨੇ ਖਬਰਸਾਰ ਲਾਈ ਇੱਕ ਤੂੰ ਹੀ ਆ ਜਿਹੜੀ ਭੱਜੀ ਟੁੱਟੀ ਆ ਜਾਂਦੀ ਆ ਉਹਨਾਂ ਨੂੰ ਤੇ ਮਾਸਾ ਨੀ ਪਤਾ ਵੀ ਸਾਡੀ ਕੋਈ ਭੈਣ ਆ ਜਾਂ ਨਹੀਂ ਆ ਤੇਰੇ ਕੋਲ ਹਿੱਸਾ ਵਾ ਨਾ ਤੇ ਥੋੜਾ ਬਾਰਾ ਉਹਨਾਂ ਨੂੰ ਡਰ ਵਾ ਵੀ ਸਾਡੀ ਮਾਂ ਕੋਲ ਪੈਰੀ ਆ ਨਹੀਂ ਤੇ ਉਹਨਾਂ ਬਿਲਕੁਲ ਨੀ ਪਛਾਣਨਾ ਤੈਨੂੰ ਤੇ ਮੈਂ ਕਿਹੜੀ ਅੱਗੋ ਘੱਟ ਚਲਾਕ ਵਾ ਮੈਂ ਵੀ ਤਾਈਓ ਬਹਾਨਾ ਮਾਰ ਕੇ ਆਈ ਆ ਵੀ ਮੈਂ ਕੁੜੀ ਕੋਲ ਚੱਲੀ ਆ ਮੈਨੂੰ ਕਹਿੰਦੇ ਸੀ ਬਲਜੀਤ ਤੇ ਰਘਬੀਰ ਦੁਪਹਿਰ ਬੜੀ ਧੁੱਪ ਬੜੀ ਰਮਾਨ ਕਰ ਤੂੰ ਤੇ ਬਿਮਾਰ ਰਹਿੰਦੀ ਆ ਮੈਨੂੰ ਪਤਾ ਸੀ ਮੈਂ ਕਿਹਾ ਵੀ ਦਿਲ ਚ ਤੇ ਮੇਰੇ ਇਹੋ ਸੀ ਮੈਂ ਕਿਹਾ ਕੁੜੀ ਕੋਲ ਜਾਂਦੀ ਆ ਤੇ ਆਪਣੀ ਧੀ ਨਾਲ ਸਲਾਹ ਕਰਾਂਗੀ ਵੀ ਕਿੱਦਾਂ ਕਰਾਂ ਚਲੋ ਮੰਮੀ ਮੈਂ ਤੇ ਤੁਹਾਨੂੰ ਇੱਕੋ ਹੀ ਗੱਲ ਆਖੂੰਗੀ ਵੀ ਜਿਹੜਾ ਵੀ ਫੈਸਲਾ ਲੈਣਾ ਨਾ ਤੁਸੀਂ ਸੋਚ ਸਮਝ ਕੇ ਲਿਓ ਧੀਏ ਜੇ ਮੈਂ ਸੋਚ ਸਮਝ ਕੇ ਫੈਸਲਾ ਆਪਣੇ ਆਪ ਲੈਣਾ ਹੁੰਦਾ ਨਾ ਤੇ ਫਿਰ ਮੈਂ ਆਪੇ ਸਾਰੇ ਕੰਮ ਕਰ ਲੈਂਦੀ ਤਾਂ ਹੀ ਤੇ ਮੈਂ ਤੇਰੇ ਕੋਲ ਆਈ ਹਾਂ ਤੇ ਫੈਸਲਾ ਜੇ ਮੈਂ ਕੋਈ ਨਹੀਂ ਗਾ ਲੈਣਾ ਬੇਸ਼ੱਕ ਦੀ ਭਾਵੇਂ ਰੋਜ਼ ਹੀ ਮੇਰੇ ਕੰਨਾਂ ਦੇ ਲਾਗੇ ਇੱਦਾਂ ਹੀ ਕਰਦੇ ਰਹਿੰਦੇ ਆ ਨਾ ਪੈਲੀ ਲਵਾ ਦੇ ਹਿੱਸਾ ਛੱਡ ਦੇ ਪਰ ਮੈਂ ਅਜੇ ਹਿੱਸਾ ਨਹੀਂ ਛੱਡਣਾ ਹੈਗਾ ਮੈਂ ਤੁਹਾਨੂੰ ਇਹੋ ਗੱਲ ਤੇ ਆਨੀ ਆ ਵੀ ਤੁਸੀਂ ਮੈਨੂੰ ਅੱਗੇ ਦੱਸਣ ਤੇ ਡਏ ਸੀਗੇ ਤੇ ਮੈਂ ਠੀਕ ਨਹੀਂ ਰਹੀ ਤੇ ਮੈਨੂੰ ਸਾਂਭਿਆ ਸੁੱਤਿਆ ਸਾਂਭਿਆ ਕਿਹੜੀ ਗੱਲੋਂ ਵੀ ਤੁਹਾਡੇ ਕੋਲ ਹਿੱਸਾ ਵਾ ਪੈਲੀ ਦਾ ਤੇ ਭਲਕੇ ਜੇ ਕੋਈ ਗੱਲਬਾਤ ਹੋ ਗਈ ਤੇ ਲੋਕਾਂ ਦੇ ਸਾਹਮਣੇ ਸੱਚੇ ਤੇ ਹੋਵਾਂਗੇ ਜੇ ਕੁੜੀ ਆਣ ਕੇ ਬੋਲੂਗੀ ਤੇ ਭਾਵੇਂ ਜਿੱਦਾਂ ਮਰਜ਼ੀ ਆ ਡਰਦੇ ਮੇਰੇ ਕੋਲ ਬੜਾ ਹੀ ਉਹ ਵੀ ਸਾਡੀ ਭੈਣ ਨਾਲ ਨਹੀਂ ਫੋਨ ਕਰਦੇ ਸੱਤ ਵਾਰਾਂ ਨਾ ਕਰਨ ਪਰ ਉਹਨਾਂ ਨੂੰ ਡਰ ਪੂਰਾ ਵਾ ਵੀ ਕਿਤੇ ਭੈਣ ਸਾਡੀ ਹਿੱਸਾ ਨਾ ਲੈ ਜੇ ਇਸੇ ਗੱਲ ਦਾ ਤੇ ਉਹਨਾਂ ਨੂੰ ਡਰ ਵਾ ਤਾਂਹੀਓ ਤੇ ਮੇਰੇ ਲਾਗੇ ਲਾਗੇ ਰਹਿੰਦੇ ਆ ਤਾਂ ਹੀ ਤੇ ਉਦੋਂ ਮੈਂ ਬਿਮਾਰ ਹੋ ਗਈ ਹਾਂ ਤੇ ਦੋਵੇਂ ਭਰਾ ਨੂੰ ਮਿੰਟੋ ਮਿੰਟ ਹੀ ਲੈ ਗਏ ਡਾਕਟਰ ਕੋਲ ਮੈਨੂੰ ਨੀ ਪਤਾ ਹੁਣ ਵੀ ਆਪੋ ਚ ਦੋਵੇਂ ਜੀ ਕੀ ਮਾਂ ਮੋਠ ਰਿੰਨੀ ਗਏ ਨਹੀਂ ਰਿੰਨੀ ਗਏ ਪਰ ਮੈਨੂੰ ਨੀ ਉਹਨਾਂ ਦੀ ਹਿੰਮਤ ਪਈ ਆਖਣ ਦੀ ਵੀ ਸਾਨੂੰ ਪੈਸਾ ਦੇ ਤੇ ਅਸੀਂ ਡਾਕਟਰ ਨੂੰ ਪੈਸੇ ਦੇਣੇ ਆ ਤੇ ਕੀ ਕਰਨ ਦੇਣੇ ਸੀ ਤੁਸੀਂ ਡਾਕਟਰ ਨੂੰ ਪੈਸੇ ਪਤਾ ਤੇ ਲੱਗਦਾ ਵੀ ਕੱਲ ਨੂੰ ਜਾਇਦਾਦ ਵੀ ਤੇ ਇਹਨਾਂ ਨੇ ਸਾਹਮਣੇ ਸੀਗੀ ਕਿਹੜੀ ਕਿਹ ਹੋਰ ਨੇ ਸਾਹਮਣੇ ਡਰਾਵਾ ਉਹਨਾਂ ਨੂੰ ਬੜਾ ਵਾ ਵੀ ਸਾਡੀ ਭੈਣ ਜਿਹੜੀ ਆ ਉਹ ਆਣ ਕੇ ਲੜਦੀ ਘੁਲਦੀ ਆ ਸਾਡੇ ਨਾਲ ਤਿੱਖੀ ਵੀ ਆ ਜੇ ਕੋਈ ਗੱਲਬਾਤ ਹੋ ਗਈ ਮਾਂ ਨੂੰ ਤੇ ਸਾਡੀ ਭੈਣ ਨੇ ਸਾਡੇ ਗੱਲ ਪੈਣਾ ਵਾ ਇਹਨਾਂ ਨੂੰ ਇੰਨਾ ਵੀ ਪਤਾ ਹੀ ਉਹ ਵੀ ਮਾਂ ਸਾਡੀ ਸੁਭਾਅ ਦੀ ਕੱਬੀ ਆ ਹੋ ਸਕੇ ਤੇ ਉਹਨਾਂ ਵੇ ਕਿਤੇ ਸਾਡੀ ਭੈਣ ਦੇ ਨਾਂ ਵੀ ਪੈਲੀ ਲਵਾ ਦੇ ਡਰਦੇ ਵੀ ਬੜਾ ਹੀ ਉਹ ਤੇ ਮੰਮੀ ਕਰਦੇ ਥੋੜੀ ਜੀ ਇੱਦਾਂ ਕਰਦੀ ਆ ਤੇਰਾ ਹਿੱਸਾ ਵੇ ਜ਼ਰੂਰ ਕੱਢਣਾ ਵਾ ਮੰਮੀ ਕੀ ਆਖਣੇ ਮੈਂ ਸੁਣ ਲਿਆ ਦੂਏ ਵਾਲੀ ਕੁਛ ਨਹੀਂ ਆਖਣ ਦੇ ਆਖਣ ਦੇ ਅਸੀਂ ਸਾਇਆ ਵਾ ਮੈਂ ਆਖਣ ਦੇ ਵੀ ਚੱਲ ਇਹ ਤਾਂ ਵੀ ਵਿੱਚੋਂ ਕੱਢ ਤੂੰ ਤੂੰ ਪੈਲੀ ਦਿਓ ਕਿਉਂ ਕੀ ਗੱਲ ਤੂੰ ਮੰਮੀ ਤੋਂ ਮੰਗਿਆ ਹਿੱਸਾ ਭਲਾ ਨਾ ਨਾ ਮੈਂ ਤੇ ਉਦਾਂ ਮਖੌਲ ਕਰਨ ਡਈ ਸੀਗੀ ਵੀ ਮੰਮੀ ਮੇਰਾ ਵੀ ਹਿੱਸਾ ਕੱਢ ਦੇ ਵਿੱਚੋਂ ਮੈਂ ਹਿੱਸਾ ਕੀ ਕਰਨਾ ਉਹਨੇ ਕਿੱਥੋਂ ਮੰਗਿਆ ਆ ਮੈਂ ਤਾਂ ਆਪਣੀ ਮਰਜ਼ੀ ਨਾਲ ਕਿਹਾ ਨਹੀਂ ਆ ਨਹੀਂ ਮੰਮੀ ਇਹ ਗੱਲ ਕਹਿਣੀ ਨਹੀਂ ਮੰਮੀ ਨੂੰ ਤੇ ਮੈਂ ਉਦੋਂ ਹੀ ਸਮਝਾਇਆ ਸੀ ਵੀ ਉੱਥੇ ਜਾ ਕੇ ਹਿੱਸੇ ਦੀ ਗੱਲ ਨਹੀਂ ਕਰਨੀ ਜੋ ਮਰਜ਼ੀ ਜੇ ਤੇ ਉੱਥੋਂ ਹੀ ਸਹਿਣਾ ਨਾ ਤਾਂ ਆਪਣੇ ਵੀ ਦੋ ਕੁੜੀਆਂ ਹਿੱਸਾ ਤਿਆਰ ਰੱਖ ਫਿਰ ਇੱਥੋਂ ਹੀ ਦਊਂ ਫਿਰ ਮੈਂ ਸਿਰ ਚੜ੍ਹ ਕੇ ਦਊਂਗੀ ਹਿੱਸਾ ਰੱਖੀ ਫਿਰ ਉਹ ਚੱਲ ਤੂੰ ਲੜਨਾ ਮੈਂ ਭਾਵੇਂ ਨਾ ਮਿਲਣ ਅਸੀਂ ਮੰਮੀ ਜੀ ਨੇ ਇੰਜ ਮਿਲਣਾ ਵਾ ਮੰਮੀ ਸਾਨੂੰ ਮਿਲਦੀ ਆ ਆਏ ਹਾਏ ਮੈਂ ਆਪੇ ਮਿਲਣਗੇ ਬਾਅਦ ਚ ਆਉਂਦੇ ਮਿਲ ਗਿਲ ਦੀ ਗੱਲ ਕਿੱਥੋਂ ਆ ਗਈ ਮੈਂ ਤੇ ਵਿਆਹ ਹੀ ਸਰਸਰੀ ਮਖੌਲ ਕਰਨ ਡਈ ਹਾਂ ਵੀ ਮੇਰਾ ਵੀ ਹਿੱਸਾ ਕੱਢ ਦੋ ਵਿੱਚੋਂ ਮੈਨੂੰ ਉਹ ਕਿਹੜਾ ਮਿਲਦੇ ਗਿਲਦੇ ਆ ਮੈਂ ਕਿਹੜਾ ਲੈ ਲਿਆ ਵਾ ਅਹੀਂ ਸਾਰਨਾ ਕੋ ਇੰਨਾ ਮੈਂ ਉੱਥੇ ਰੌਲਾ ਪਾ ਕੇ ਆਉਂਦੀ ਰਹੀ ਆ
ਤਦ ਮੈਂ ਹਿੱਸਾ ਲੈ ਲਿਆ ਸੀ ਉਹਨਾਂ ਕੋਲ, ਪਰ ਮੈਂ ਤੇ ਆਪਣੀ ਮਾਂ ਨੂੰ ਇਹ ਆਹਨੀ ਆ ਕਿ ਤੂੰ ਆਪਣਾ ਹਿੱਸਾ ਨਾ ਉਹਨਾਂ ਨੂੰ ਦੇਈ, ਕਿਉਂਕਿ ਜਿੰਦੇ ਜੀ ਉਹਨਾਂ ਨੇ ਤੈਨੂੰ ਮੁੜ ਕੇ ਪੁੱਛਣਾ ਨਹੀਂ ਆ। ਉਹ ਚੱਲ ਮੈਂ ਮੰਮੀ ਆਹਨਾ ਵੀ ਜਿੱਦੇ ਜੀਣੀ ਆ ਨਾ ਤੂੰ ਤੂੰ ਪਹਿਲੀ ਆਪਣੇ ਕੋਲ ਰੱਖ ਤੇ ਵਸੀ ਉਹਨਾਂ ਨਾਲ ਕਰਦੇ ਮੰਮੀ, ਆਪੇ ਮੁੜ ਕੇ ਵਸੀ ਨਾਲ ਚੜ੍ਹਦੀ ਜਦੋਂ। ਆਹੋ ਵਸੀ ਉਹਨਾਂ ਨੂੰ ਪਤਾ ਜੇ ਮਾਤਾ ਮਗਰ ਕੀ ਤੇ ਮੁੜ ਕੇ ਸਾਡੇ ਨਾਲ ਹੀ ਚੜ੍ਹ ਜਾਣਾ ਸਾਰਾ ਕੁਛ, ਵਸੀ ਕਰਦੇ ਤੇ ਮੰਮੀ ਅਜੇ ਨਹੀਂ ਕੋਈ ਕਰਨਾ ਬਰਾਬਰ ਜਾਣੀ ਮੁੜ ਕੇ ਤੂੰ ਫਿਰ ਸੱਚ ਹੁੰਦੀ ਆ। ਮੈਂ ਕਹਿੰਦਾ ਮੰਮੀ ਨੂੰ ਮੰਮੀ ਉਹਨਾਂ ਦੋ ਮੁੰਡਿਆਂ ਵਸੀ ਕਰਦੇ ਤੇ ਨਾ ਵਸੀ ਨੂੰ ਚੰਨ ਦੇਣੀ, ਨਾ ਹਮੇਸ਼ਾ ਚਾਹੀਦਾ ਹੀ ਆ। ਚੱਲ ਕੋਈ ਨਹੀਂ ਥੋੜਾ ਜਿਹਾ ਜੇ ਠਹਿਰ ਕੇ ਨਾ ਤੇ ਵਸੀ ਕਰ ਦੂੰਗੀ, ਉਹਨਾਂ ਵੀ ਹੌਸਲਾ ਹੋ ਜੂਗਾ ਕਿ ਜ਼ਿਆਦਾ ਤਾਂ ਸਾਡੇ ਕੋਲ ਆ ਗਈ ਆ। ਵਹਿਮ ਹੀ ਮਾਰ ਚੱਲਿਆ ਹੀ ਉਹਨਾਂ ਨੂੰ, ਬੁੱਢੀਆਂ ਨੂੰ ਜ਼ਿਆਦਾ ਵਹਿਮ ਹੀ, ਮੁੰਡੇ ਦੇ ਤੇ ਘੱਟ ਵਹਿਮ ਕਰਦੇ ਆ ਨਾ, ਉਹ ਜਿਹੜੀਆਂ ਦੋ ਨੇ ਨਾ ਉਹਨਾਂ ਦਾ ਤੇ ਬਸ ਲੜਾ ਹੀ ਆ, ਉਹ ਰਹਿੰਦਾ 24 ਘੰਟੇ। ਉਹ ਚੱਲ ਮੰਮੀ ਕੋਈ ਗੱਲ ਨਹੀਂ, ਤੂੰ ਨਵਾਂ ਨੂੰ ਆਖਣਾ ਨਾ ਪੁੱਛਣ, ਤੇਰੇ ਪੁੱਤ ਤੇਰੇ ਵੱਲ ਵਾ ਨਾ। ਨਹੀਂ ਚੱਲ ਪੁੱਤ ਤੇ ਚੰਗੇ ਆ, ਐਵੇਂ ਨਹੀਂ ਮੈਂ ਆਖਣਾ ਮਾੜੇ ਵੀ ਨਹੀਂ ਗੇ ਦੁਨੀਆਂ ਨਾਲੋਂ ਚੰਗੇ ਆ। ਚੱਲ ਕੋਈ ਗੱਲ ਨੀ, ਰੋਟੀ ਪਾਣੀ ਪੁੱਛਦੇ ਇੰਨਾ ਹੀ ਬਹੁਤ ਵਾ। ਚੱਲ ਗਾੜੀ ਆਪਣੀ ਮਰਜ਼ੀ ਵੇਖ ਲਿਓ, ਜੋ ਵੀ ਕੰਮ ਕਰਨਾ ਵਾ ਨਾ ਮੈਂ ਤੇ ਫੇਰ ਤੁਹਾਨੂੰ ਮੁੜ ਮੁੜ ਕੇ ਇਹੋ ਹੀ ਆਖੂੰਗੀ ਵੀ ਸੋਚ ਸਮਝ ਕੇ ਕਰਿਓ। ਇੱਕ ਤਾਂ ਮੈਂ ਇਹ ਕਹਿੰਦੀ ਆ ਵੀ ਬੰਦੇ ਦਾ ਤੇ ਘੜੀ ਦਾ ਨੀ ਪਤਾ, ਸਵਾਸਾਂ ਦਾ ਵੀ ਭਰੋਸਾ ਥੋੜੀ ਨਹੀਂ ਪਤਾ, ਮੈਨੂੰ ਚੰਗੇ ਬਣਾ ਲੈ ਪਤਾ ਇੱਥੇ ਤੇ। ਚੱਲ ਪੁੱਤ ਤੇ ਮੇਰੇ ਹੀ ਆ ਤੇ ਮੈਂ ਕਹਿੰਦੀ ਆ ਜੇ ਮੈਂ ਕਰਾ ਹੀ ਦਵਾਂ ਤੇ ਚੱਲ ਐਵੇਂ ਕੱਲ ਨੂੰ ਰੋਲਦੇ ਫਿਰਨਗੇ, ਇਹਨਾਂ ਨੇ ਪੈਸੇ ਲਾਉਣਗੇ ਤੇ ਫਿਰ ਮੇਰੇ ਮਾਂ ਹੋਈ ਦਾ ਕੀ ਫਾਇਦਾ ਵਾ। ਕਿਸੇ ਵੇਲੇ ਤਾਂ ਮੈਂ ਦਿਲ 'ਚ ਇਹੋ ਜਿਹੀਆਂ ਗੱਲਾਂ ਸੋਚਦੀ ਹਾਂ ਤੇ ਕਈ ਵਾਰੀ ਜਦੋਂ ਫਿਰ ਮੈਨੂੰ ਗੁੱਸਾ ਚੜ੍ਹਦਾ ਨਾ ਫਿਰ ਮੈਂ ਕਹਿੰਦੀ ਹਾਂ ਵੀ ਮੈਂ ਨਾ ਵਸੀਹ ਕਰਾਉਣੀ ਇਹਨਾਂ ਦੇ ਨਾਲ ਤੇ ਨਾ ਮੈਂ ਉਹਨਾਂ ਨੂੰ ਪੈਸੇ ਫਿਰ ਲਾਉਣੀ। ਤੁਸੀਂ ਸੋਚਦੇ ਹੀ ਇਹੋ ਗੱਲ ਹੀ ਹੋ ਵੀ ਕੁੜੀ ਨੇ ਖਨੀ ਹਿੱਸਾ ਲੈ ਜਾਣਾ ਵਿੱਚੋਂ, ਉਹਦਾ ਜੇ ਥੋੜਾ ਬਾਲਾ ਮੇਰਾ ਵਿੱਚ ਰੱਖਦੇ ਨਾ ਤੁਸੀਂ ਅਖਤਿਆਰ ਤੇ ਚੰਗਾ ਹੀ, ਇਹਨਾਂ ਨੂੰ ਵੀ ਪਤਾ ਲੱਗ ਜਾਂਦਾ ਵੀ ਕੀ ਚੀਜ਼ ਹੁੰਦੀਆਂ ਭੈਣਾਂ। ਨਹੀਂ ਨਹੀਂ ਕੋਈ ਅਖਤਿਆਰ ਰੱਖਣਾ ਮੰਮੀ, ਤੂੰ ਏਦਾਂ ਕਰੋ ਮੈਂ ਚੱਲ ਜੂ ਨਾਲ ਤੁਹਾਡੇ ਤੇ ਦੋਵਾਂ ਵੀਰਾਂ ਨਾਲ ਸਹੀ ਕਰ ਦਿਓ ਜੋ ਪੜ ਕੇ ਤੁਸੀਂ ਕਰੂੰਗੀ। ਉਹ ਚ ਲਿਖਿਆ ਜਾਂਦਾ ਵਾ ਵੀ ਜਿੰਦਿਆਂ ਜੀ ਮੈਂ ਵਾਰਸ ਤੇ ਮੇਰੇ ਤੋਂ ਬਾਅਦ ਮੇਰੇ ਬੱਚੇ ਵਾਰਸ, ਉਹ ਆਟੋਮੈਟਿਕ ਇਹਨਾਂ ਨਾਲ ਚੜ੍ਹ ਜੀ ਵੀਰਾਂ ਨਾਲ ਪੈਲੀ। ਚੱਲ ਰੁਕ ਜਾਓ ਹਾਲੇ, ਕਿਉਂ ਕਾਲੇ ਪੈਣ ਦੇ ਜੇ ਮੈਨੂੰ ਵੀ ਆਪਣੇ ਦਿਮਾਗ ਨਾਲ ਕੁਝ ਸੋਚ ਲੈਣ ਦਿਓ। ਜਿਹੜੀਆਂ ਜਨਾਨੀਆਂ ਵਾ ਨਾ ਉਹਨਾਂ ਦੀ ਹਵਾ ਬੜੀ ਉੱਚੀ ਆ, ਜੇ ਮੈਂ ਅੱਜ ਹੀ ਵਸੀ ਲੈ ਦੇਵਾਂ ਨਾ ਤੇ ਕੀ ਪਤਾ ਇਹਨਾਂ ਦਾ ਕਿੱਧਰ ਨੂੰ ਇਹਨਾਂ ਨੇ ਮੂੰਹ ਮੋੜ ਲੈ। ਮੰਮੀ ਚੱਲ ਉਹ ਗੱਲ ਛੱਡ, ਤੂੰ ਮੇਰੀ ਹੁਣ ਜਿਹੜੀ ਮੈਨੂੰ ਸਲਾਹ ਦਿੱਤੀ ਨਾ ਚੁੱਪ ਕਰਕੇ ਮੰਨ ਲਾ, ਤੇ ਰਹੀ ਗੱਲ ਵੀਰਾਂ ਦੀ ਮੈਂ ਵੀਰਾਂ ਦੋਵਾਂ ਆਪੇ ਬੈਲ ਕੇ ਸਮਝਾ ਦੂੰਗਾ ਭਲ ਕੇ ਵੀ ਤੁਸੀਂ ਜਨਾਨੀਆਂ ਨੇ ਗੱਲ ਨਹੀਂ ਕਰਨੀ ਤੇ ਵਸੀ ਤੁਹਾਡੇ ਨਾਲ ਮੈਂ ਕਰਾਉਣਾ ਵਾ। ਆਪੇ ਨਾ ਪੁੱਛਣਗੇ ਤਾਂ ਰੋਟੀ ਪਾਣੀ ਤੇ ਅਸੀਂ ਫਿਰ ਜਿੰਦੇ ਹਾਂ ਤੇ ਅਸੀਂ ਆਪੇ ਸਾਂਭ ਲਵਾਂਗੇ ਉਹਨਾਂ ਨੂੰ, ਠੀਕ ਹੈ ਗੱਲ? ਹਾਂਜੀ ਠੀਕ। ਚੱਲ ਠੀਕ ਆ, ਜਿੱਦਾਂ ਤੈਨੂੰ ਚੰਗਾ ਲੱਗਦਾ ਤੂੰ ਉਦਾਂ ਹੀ ਕਰ ਲਾ, ਬਸ ਇਹ ਕੰਮ ਕਰਨਾ ਆਪਾਂ। ਚਲੋ ਚਲ ਪੱਠੇ ਪਾ ਮਾੜੇ ਆ ਗਿਆ ਚੰਗਾ, ਚੱਲ ਪਾ ਲਾ, ਮੇਰੀ ਗੱਲ ਸੁਣੀ ਮਾੜੀ ਆਈ ਆਉਂਦੀ ਹਾਂ ਜਾਓ ਤੁਸੀਂ। ਮੇਰੀ ਗੱਲ ਸੁਣ, ਤੂੰ ਇਹਦੇ ਸਾਹਮਣੇ ਹਿੱਸਾ ਹਿੱਸਾ ਕਰੀ ਜਾਣ ਦੀ ਆ, ਉਹ ਗੁੱਸਾ ਕਰਦਾ ਵਾ ਇਹਨਾਂ ਗੱਲਾਂ ਦਾ। ਨਹੀਂ ਨਹੀਂ ਮੰਮੀ ਮੈਂ ਹਿੱਸਾ ਨਹੀਂ ਲੈਣਾ ਇਹਨਾਂ ਦਾ ਹਿੱਸਾ, ਤੇ ਮੈਂ ਕਿਤੇ 1 ਰੁਪਈਏ ਦੀ ਚੀਜ਼ ਨਹੀਂ ਇਹਨਾਂ ਦੀ ਲਿਆ ਕੇ ਖੁਸ਼ ਹੈਗੀ, ਪਰ ਇਹ ਆ ਕਿ ਇਹਨਾਂ ਨੂੰ ਮਾੜੇ ਜੇ ਕੰਨ ਹੋ ਜਾਂਦੇ ਵੀ ਸਾਡੀ ਭੈਣ ਨੇ ਇੱਥੋਂ ਟਣਕਾਇਆ, ਹਾਂ ਭਾਈ ਅਸੀਂ ਨਹੀਂ ਜਾਂਦੇ ਇਹਦੇ ਕੋਲ, ਇਹ ਗੱਲ ਤੇ ਸੱਚੀ ਆ ਨਾ, ਤੁਹਾਨੂੰ ਵੀ ਪਤਾ ਵਾ ਵੀ ਇਹ ਨਹੀਂ ਵੜਦੇ ਮੇਰੇ ਕੋਲ। ਕੋਈ ਗੱਲ ਨਹੀਂ, ਜਿੱਦਣ ਮੈਂ ਸਾਰੇ ਕੰਮ ਕਰਨੇ ਆ ਮੈਂ ਉਦੋਂ ਕਹਿਣਾ ਵਾ ਕਿ ਤੁਹਾਨੂੰ ਬਿਮਾਰੀ ਕੀ ਕੁੜੀ ਦੇ ਕੋਲ ਤੁਸੀਂ ਜਾਂਦੇ ਕਿਉਂ ਨਹੀਂ ਗੇ। ਤੂੰ ਰੌਲੀ ਕੀ ਪਾਉਂਦੀ ਮੰਮੀ ਲਾਗੇ, ਕਾਹਦੀ ਰੌਲੀ ਪਾਈ, ਮੈਨੂੰ ਹਿੱਸਾ ਦੇ ਦੇ ਮੰਮੀ ਮੇਰੇ ਨਾਲ ਪੈਲੀ ਕਰਦੇ, ਇਹ ਕੋਈ ਕੰਮ ਆ? ਲੈ ਮੈਂ ਤੇ ਉਦਾਂ ਮੰਮੀ ਨੂੰ ਕਹਿਣ ਡਈ ਸੀਗੀ, ਤੂੰ ਤਾਂ ਉਦਾਂ ਕਹਿਣ ਡਈ ਤੇ ਮੰਮੀ ਕੀ ਸੋਚੂਗੀ ਮੇਰੇ ਨਾਲ ਵੀ ਮੇਰਾ ਜਵਾਈ ਮੇਰੀ ਪੈਲੀ ਇਹ ਹਿੱਸਾ ਪਾਲਦਾ।
ਉਹਨੇ ਆਖਣਾ ਤੇ ਗੁਰਨਾਮ ਹੀ ਖਰੀ ਨੂੰ ਆਉਂਦਾ ਪਰਮਜੀਤ ਨੂੰ। ਨਹੀਂ ਨਹੀਂ ਏਦਾਂ ਦਾ ਨਹੀਂ ਸੋਚਦੀ ਮੰਮੀ, ਮੈਂ ਤੇ ਉਦਾਂ ਮਜ਼ਾਕ ਨਾਲ ਆਖਿਆ ਸੀਗਾ ਉਹਨਾਂ ਨੂੰ ਵੀ ਮੇਰੇ ਨਾਮ ਵੀ ਥੋੜੀ ਜਿਹੀ ਕਰਾ ਦੋ। ਮੈਂ ਕੋਈ ਏਡੀ ਭੁੱਖੀ ਨਹੀਂ ਹੈਗੀ, ਮੈਨੂੰ ਮਹਾਰਾਜ ਨੇ ਸਭ ਕੁਛ ਦਿੱਤਾ ਵਾ, ਪਰ ਘਰ 'ਚ ਬੈਠੀ ਹਾਂ ਮੈਂ। ਪਰ ਫਿਰ ਵੀ ਇਹ ਮੁੜ ਕੇ ਗੱਲ ਨਹੀਂ ਕਰਨੀ ਸਿੱਧੀ ਗੱਲ, ਜੇ ਤੂੰ ਇੱਥੋਂ ਹਿੱਸਾ ਲੈਣਾ ਨਾ ਉੱਥੋਂ ਫਿਰ ਇੱਥੋਂ ਹੀ ਦੋਵਾਂ ਦੇ ਤਿਆਰ ਰੱਖ ਭੈਣ ਦੇਣ ਲਈ। ਨਹੀਂ ਨਹੀਂ ਸਾਡੀਆਂ ਕੁੜੀਆਂ ਨਹੀਂ ਇੱਦਾਂ ਦੀਆਂ, ਅਸੀਂ ਆਪਣੀਆਂ ਕੁੜੀਆਂ ਨੂੰ ਮਿਲਦੇ ਕਿੰਨਾ ਵਾ, ਉਹ ਤਾਂ ਆਪਣੇ ਤੁਹਾਡੇ ਸਾਹਮਣੇ ਹੀ ਆ। ਮੈਂ ਇਕੱਲੀ ਇਕੱਲੀ ਹਾਂ, ਵੜਿਆ ਕਦੀ ਕੋਈ? ਨਾ ਵੜਨ, ਸਾਨੂੰ ਨਹੀਂ ਕੋਈ ਲੋੜ, ਜੇ ਮੰਮੀ ਜਿੰਦੀ ਨਾਲ ਮਿਲਣ ਬਾਅਦ 'ਚ, ਜੇ ਮਿਲਣਾ ਮਿਲਣਗੇ ਨਹੀਂ ਤਾਂ ਨਾ ਮਿਲਣ, ਸਾਨੂੰ ਕੋਈ ਚੱਕਰ ਨਹੀਂ ਹੈਗਾ, ਪਰ ਅਸੀਂ ਹਿੱਸਾ ਨਹੀਂ ਚਾਹੁੰਦੇ ਸਿੱਧੀ ਗੱਲ, ਬਾਰ ਬਾਰ ਹੀ ਗੱਲ ਖਵਾਈ ਦੀ ਕਿਹੋ। ਚੰਗਾ ਚਲੋ ਠੀਕ ਆ ਬਾਬਾ। ਆਹੋ ਹਿੱਸਾ ਭਾਲ ਦੀ ਫਿਰਦੀ ਆ, ਐਵੇਂ ਜਾਣ ਕੇ ਬਥੇਰਾ ਆਖਿਆ ਅਜੇ ਗੱਲਾਂ ਨਹੀਂ ਕਰਦੀਆਂ ਘਰ, ਪਰ ਇਹ ਮਤਲਬ ਮੂੰਹ ਆਪਣੇ 'ਚੋਂ ਕੱਢ ਲੈਂਦੀ ਗੱਲ ਉਸੇ ਵੇਲੇ, ਨਾ ਵੇਖਦੀ ਬੈਠਾ ਤਾਂ ਕੌਣ ਬੈਠਾ ਗਾੜੀ ਕੀ ਚੱਕਰ, ਨਾ ਉਸੇ ਗੱਲ ਫਾੜ ਕਰਦੀ ਮੂੰਹ 'ਚ ਮਾਰ ਦਿੰਦੀ ਗੱਲ। ਕਰਦੇ ਬੰਦ ਕੀ ਕਰਨਾ ਜੋ ਤੂੰ ਦੇ ਲੈ ਦੋ, ਸਾਰੀ ਦਿਹਾੜੀ ਦਾ ਟਾਈਮ ਨਹੀਂ ਲੱਗਦਾ, ਐ ਵੇਲੇ ਵੀ ਨਹੀਂ ਵੇਖਣਾ ਹੁੰਦਾ। ਕੀ ਸਮਝ ਲੱਗਣ ਤੈਨੂੰ ਮੈਂ ਜੀ ਦੀ? ਮੈਂ ਜੀ ਸਮਝ ਲੱਗਦੀ ਆ ਕਿ ਜਦੋਂ ਕੁੜੀਆਂ ਦਿਨੇ ਆਉਂਦੀਆਂ ਪੁੱਛਦੀਆਂ ਵਾ ਐਦਾਂ ਹੋਇਆ ਉਦਾਂ ਹੋਇਆ, ਮੈਂ ਵੀ ਕੋਈ ਟਟੋਲਾ ਟਟੂਲਾ ਮਾਰ ਦੂੰਗੀ, ਮੈਂ ਵੀ ਕਹਿ ਦੂੰਗੀ ਵੀ ਹਾਂ ਮੈਂ ਵੀ ਵੇਖਿਆ ਵਾ ਉਹਨੇ ਏਦਾਂ ਬੋਲਿੰਗ ਕੀਤੀ, ਵਿਰਾਟ ਕੋਹਲੀ ਨੇ ਆਹ ਕੀਤਾ, ਧੋਨੀ ਨੇ ਆਹ ਕੀਤਾ, ਮੈਂ ਵੀ ਦੱਸ ਦੂੰਗੀ। ਤੁਸੀਂ ਸੋ ਹਾਂ, ਬੰਦੇ ਮੈਚ ਵੇਖਦੇ ਹੁੰਦੇ ਆ ਤੇ ਮੈਂ ਬੁੱਢੀ ਹੋ ਕੇ ਮੈਚ ਵੇਖਣ ਡਈ ਆ ਤੇ ਬੰਦੇ ਦੇ ਘਰ ਪੈਰ ਲੱਗਣ ਜਾ ਕੇ ਨਾ ਸਾਰੀ ਦਿਹਾੜੀ। ਓਏ 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 ਕੈਚ ਹੋ ਗਿਆ ਜੀ, ਆ ਵੇਖਿਓ ਵੇਖਿਓ ਉਹ ਕੈਚ ਹੋ ਗਿਆ ਜੀ, ਉਹ ਖਸਮ ਵਰਗਾ ਹੋ ਗਿਆ ਕਹਿੰਦੇ, ਮੈਂ ਦੱਸ ਕੀ ਕਰਾਂ। ਇਹਨਾਂ ਦਾ ਇਹੋ ਹੀ ਕੰਮ ਰਿਹਾ ਲੈ ਵੀ ਜਦੋਂ ਇਹਨਾਂ ਦੇ ਆਸਾ ਰੱਖ ਲਓ ਇਹਨਾਂ ਨੇ ਨਹੀਂ ਜਿੱਤਣਾ ਹੁੰਦਾ। ਚੁੱਪ ਕਰਕੇ ਨਾ ਸੌ ਜਾ, ਐਵੇਂ ਬੀਬੀ ਨੇ ਵਧਾਈ ਨਾਲੇ ਮੈਨੂੰ ਵੀ ਸੌਣਾ ਡੇ। ਦੀਦੀ ਦੀਦੀ ਅੰਦਰ ਹੀ ਆ? ਆ ਗਈ ਓ ਸਿਰ ਖਾਣ, ਅੱਧੀ ਰਾਤ ਵੀ ਇਹਨੂੰ ਰੁਮਾਨ ਨਹੀਂ ਹੈਗਾ। ਬਾਹਰ ਜਾ ਕੇ ਉੱਥੇ ਬਹਿ ਜਾ ਕੇ ਮਾਰੀ। ਲੈ ਤੁਸੀਂ ਤੇ ਏਸੀ ਛੱਡਿਆ ਵਾ, ਠੰਡਾ ਕਮਰਾ ਕੀਤਾ ਤੇ ਬੂਹਾਂ ਨੂੰ ਭੇੜ ਲੈਂਦੇ। ਬੂਹਾਂ ਲੱਗੀ ਸੀ ਢਾਉਣ ਤੇ ਉਹਨੇ ਚੈਨੂੰ ਉਹ ਮੈਚ ਤੇ ਉਹ ਆਊਟ ਹੋ ਗਿਆ। ਲੈ ਤੁਸੀਂ ਇਹ ਮੈਚ ਦਾ ਵੇਖਣ ਨਹੀਂ ਆ? ਲੈ ਤੇ ਮੈਚ ਤੇ ਵੇਖਣਾ ਚਾਹੀਦਾ ਮਾਮਾ, ਨੌਲੇਜ ਵੱਧਦੀ ਨਾਲੇ ਪਤਾ ਲੱਗਦਾ ਵਾ। ਤੁਸੀਂ ਤਾਂ ਕਹਿ ਰਹੇ ਹੋ ਕੋਈ ਬੋਏ ਭੇੜ ਕੇ ਪੈ ਗਏ ਅੰਦਰ। ਜਾ ਨਹੀਂ ਪੈਣਾ ਹੁਣ, ਜਗਰਾਤਾ ਕਰਨਾ ਵਾ ਦੱਸ, ਤੂੰ ਆ ਵਾਲੇ ਤੱਕ ਅਜੇ ਵੀ ਤੁਰੀ ਖੇਡੀ ਆ, ਅਸੀਂ ਤੇ ਰੋਟੀ ਪਾਣੀ ਖਾ ਕੇ ਲੰਮੇ ਪੈ ਗਏ ਆ। ਖਾ ਲਿਆ ਰੋਟੀ ਪਾਣੀ? ਤੇ ਹੋਰ ਟਾਈਮ ਵੇਖਿਆ ਹੀ ਹੋ? 9 ਹੀ ਵਜੇ, 9:15 ਹੋ ਗਏ ਆ। ਪਤਾ ਨਹੀਂ ਮੈਂ ਵੇਖਿਆ ਨਹੀਂ ਉਦੋਂ 9 ਵਜੇ, ਜਦੋਂ 9 ਵਜੇ ਨੇ ਉਦੋਂ ਵੇਖ ਲਿਆ ਹੋਣਾ ਤੇ ਮੁੜ ਕੇ ਤੁਰੀ ਫਿਰਦੀ ਰਹੀ ਹੋਣੀ ਆ। ਤੇ ਮੈਂ ਕੀ ਬਣਾਇਆ ਤੁਸੀਂ? ਮੈਂ ਸਬਜ਼ੀ ਲੈ ਆਈ। ਮੰਮੀ ਫੋਨ ਕਰਦੀ ਆ, ਮੰਮੀ ਹੁਣ ਆਪਣੀ ਧੀ ਨਾਲ ਰੁੱਝੀ ਹੋਣੀ, ਗੱਲਾਂ ਬਾਤਾਂ ਕਰਦੀ ਹੋਣੀ ਆ। ਮੰਮੀ ਹੁਣ ਸਲਾਹ ਸਲੂ ਕਰਕੇ ਆਊਗੀ ਨਾ, ਦੀਦੀ ਨਾਲ ਜੋ ਕਹੂਗੇ ਫਿਰ ਉਹੀ ਹੋਊਗਾ ਇੱਥੇ ਆਣ ਕੇ। ਨਾ ਤਾਂ ਅੱਛਾ ਕੀ ਹੋਊਗਾ, ਕੁਝ ਵੀ ਨਹੀਂ ਹੁੰਦਾ। ਉਹ ਬਾਹਰ ਚਲ ਜਾਓ ਯਾਰ, ਸੌਣਾ ਤੈਨੂੰ ਘੜੀ। ਲੈ ਭਾਈ ਤੁਸੀਂ ਬੜੇ ਥੱਕੇ ਹੋ, ਉੱਠ ਕੇ ਕੋਈ ਗੱਲਬਾਤ ਕਰ ਲਓ ਨਾ। ਨਹੀਂ ਭੈਣਾ, ਸਾਰੀ ਦਿਹਾੜੀ ਪਿਆਲੀਆਂ ਦੇ ਬੰਨੇ ਛਾਂਗਦੇ ਰਹੇ ਆ,
ਥੱਕ ਗਏ ਹੁਣ ਮੈਂ ਮੇਰੇ ਸਿਰ ਰੋਟੀ ਖਵਾਤੀ ਮੈਂ ਤੁਸੀਂ ਤੇ ਬਹੁਤ ਲੰਮੇ ਤੇ ਮੈਂ ਫਿਰ ਮੈਚ ਲਾ ਲਿਆ ਰੋਟੀਆਂ ਨੇ ਕੁੱਕੀ ਚਾੜ ਦਿੱਤੀ ਆ ਉਹ 2 ਮਿੰਟ ਚ ਕੀ ਹੋ ਜਾਣਾ ਸੀ ਜੇ 2 ਮਿੰਟ ਨਾ ਸੋਣੀਏ ਤੇ ਚੱਲ ਆਪਾਂ ਬਾਹਰ ਚੱਲੀਏ ਸੌ ਲੈਣ ਦੇ ਚੱਲ ਆ ਜਾਓ ਉਦਾਂ ਇੱਥੇ ਠੰਡਾ ਹੀ ਮੈਂ ਕਿੰਨੀਆਂ ਬੈਠੀਆਂ ਰਹਿੰਦੀਆਂ ਵਾਂ ਮੈਂ ਤੈਨੂੰ ਸਬਜ਼ੀ ਦੇ ਦਾਂ ਕਿ ਹੁਣ ਇੱਥੇ ਬੈਠੀ ਰਹਿਣਾ ਹੁਣ ਹਜੇ ਹੋਰ 11 ਵਜੇ ਆਉਣੇ ਆ ਚੱਲ ਪਾ ਦਿਓ ਫਿਰ ਬੁਆ ਨੂੰ ਦੇ ਅੱਛੀ ਆ ਜਾਣੀ ਤੁਸੀਂ ਵੀ ਭਾਈ ਜਾ ਕੇ ਬੈਠ ਚੁੱਪ ਕਰ ਜਾ ਭਾਈ ਜੀ ਉਹ ਪਤਾ ਹੀ ਮੰਮੀ ਵਾਂਡੇ ਗਈ ਆ ਮੰਮੀ ਤੇ ਵਾਂਡੇ ਗਈ ਆ ਉੱਥੇ ਸਲਾਹਾਂ ਕਰਕੇ ਆਉਣਗੀਆਂ ਨਾ ਫਲਾਣ ਹੋਊਗਾ ਨਾ ਤੀ ਹੁਣ ਅੱਧੀ ਰਾਤ ਨੂੰ ਛੇੜਨਾ ਹੀ ਆ ਉਹ ਤੇ ਅੱਗੇ ਨਹੀਂ ਛੇੜਿਆ ਸਮਾਉਂਦਾ ਗੱਲ ਤੇ ਮੈਂ ਵੀ ਠੀਕ ਹੀ ਕਹਿ ਨਹੀਂ ਹੁਣ ਜੋਤੀ ਕਹੂਗੀ ਉਹੀ ਹੁਣ ਆ ਕਹਿਣਗੇ ਜੇ ਦੋ ਕਹਿ ਦੂਗੇ ਮੰਮੀ ਵੰਡ ਦੇ ਪੈਲੀ ਤੇ ਵੰਡ ਦੂਗੇ ਜੇ ਦੀ ਨੇ ਕਹਿਤਾ ਨਾ 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 ਤੇ ਫਿਰ ਮੰਮੀ ਨੇ ਕਿਤੇ ਪੈਰਾਂ ਤੇ ਪਾਣੀ ਪੈ ਲੈਣਾ ਵੇਖ ਤੇ ਗੱਲਾਂ ਉਸ ਤੋਂ ਉਸ ਕਿਉਣਾ ਮੰਮੀ ਨੇ ਪੈਣਾ ਅੱਧੀ ਰਾਤ ਹੋਈ ਹੁਣ ਰੋਟੀ ਤੁਹਾਡੀ ਦਾ ਟਾਈਮ ਹੋਇਆ ਸਬਜ਼ੀ ਲੈ ਤੇ ਗਾਂ ਜਾ ਰੋਟੀ ਰੋਟੀ ਖਾਓ ਅੱਧੀ ਰਾਤ ਜਿੱਦਾਂ ਤੇਰੀ ਆਵਾਜ਼ ਤਿੱਖੀ ਆ ਨਾ ਆਂਢ ਨੂੰ ਸੁਣਦਾ ਆਉਣਾ ਵਾ ਸਰਨਾਟੇ ਚ ਬੜੀ ਦੂਰ ਤੱਕ ਆਵਾਜ਼ ਜਾਂਦੀ ਆ ਉਹ ਕਿਤੇ ਨਹੀਂ ਦੀਦੀ ਜਾਂਦੀ ਜਿਹੜੇ ਟਾਈਮ ਨਹੀਂ ਲੱਗਦਾ ਮੈਂ ਚੱਲ ਨਾਲੇ ਮੋਦੀ ਜੀ ਨੂੰ ਪੁੱਛੋ ਨਹੀਂ ਨਾਲੇ ਭਰਾ ਸਬਜ਼ੀ ਲੈ ਆਉਣੀ ਆ ਆਪੇ ਜਿਹੜੀਆਂ ਸਲਾਹਾਂ ਕਰਦੀਆਂ ਹੁਣ ਇਹ ਕਰਦੀਆਂ ਹੋਣਗੀਆਂ ਤੂੰ ਰੋਟੀ ਖਾ ਕੇ ਤੇ ਮਾਨ ਨਾ ਸੌ ਆਪਣੇ ਦਿਮਾਗ ਤੇ ਕਾਹ ਤੋਂ ਬੋਝ ਪਾਇਆ ਵਾ ਮੈਨੂੰ ਤਾਂ ਕੁਛ ਨਹੀਂ ਮੈਂ ਸ਼ਾਇਦ ਤੁਹਾਨੂੰ ਕੋਈ ਫੋਨ ਫਾਨ ਆਇਆ ਵੇ ਤੁਸੀਂ ਕੀਤਾ ਹੋਵੇ ਜਾ ਆਹੋ ਮੈਂ ਜ਼ਿਆਦਾ ਸਕੀਨ ਹੋ ਆ ਨਾ ਮੈਨੂੰ ਫੋਨ ਕਰਦੀ ਹੋਣੀ ਮੰਮੀ ਤੈਨੂੰ ਨਹੀਂ ਕਰਦੀ ਮੈਂ ਵੀ ਆਹ ਗੱਲ ਤੈਨੂੰ ਪੁੱਛ ਸਕਦੀ ਤੈਨੂੰ ਫੋਨ ਆਇਆ ਮੈਨੂੰ ਤਾਂ ਤੁਹਾਡੇ ਸਾਹਮਣੇ ਵੀ ਮੰਮੀ ਸਿੱਧੇ ਮੂੰਹ ਬੁਲਾਉਂਦੀ ਤੂੰ ਫੋਨ ਕਰਕੇ ਕੀ ਪੁੱਛਣਾ ਮੇਰੇ ਨਾਲ ਵੀ ਇਤਨਾ ਹੀ ਆ ਉਹ ਜਦੋਂ ਕਿਤੇ ਚਾਹ ਪਾਣੀ ਪੀਣਾ ਹੁੰਦਾ ਉਦੋਂ ਚੰਗੀ ਹੋ ਜਾਂਦੀ ਆ ਅੱਗੋਂ ਪਿੱਛੋਂ ਟੇਢੀ ਮੇਢੀ ਆ ਅੜਬ ਪਤਾ ਕਿੰਨੀ ਆ ਤੈਨੂੰ ਨਹੀਂ ਪਤਾ ਉਹਦਾ ਮੰਮੀ ਦੀ ਕਿੰਨੀ ਗਲਤੀ ਆ ਜੇ ਭਾਜੀ ਨੇ ਪੁੱਛਿਆ ਸੀ ਤੇ ਤੁਸੀਂ ਸਾਨੂੰ ਇੱਥੇ ਹੀ ਸਲਾਹ ਕਰਕੇ ਦੱਸ ਦਿਓ ਉੱਥੇ ਕਿਹੜਾ ਜਾਦੀ ਹੋਣੀ ਸੀ ਬਸ ਹੀ ਮਾਰੀ ਇਹਨੇ ਬੋਲੀ ਗਈ ਆ ਟਾਈਮ ਕਿੰਨਾ ਹੁੰਦਾ ਪਤਾ ਨਾ ਚੱਲ ਇਹ ਪਾਓ ਪੋਰਾ ਸਬਜ਼ੀ ਲਿਆਓ ਦੋ ਚਲਾ ਵਾ ਕੇ ਉਹੀ ਵਾਲੇ ਟਾਲੇ ਕਰਦੇ ਰਹਿੰਦੇ ਆ